ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਮੰਦਰ ਬਾਈ ਯੂਟਿਊਬ ਚੈਨਲ 'ਤੇ ਸਾਰਿਆਂ ਦਾ। ਅੱਜ ਦੀ ਆਪਣੀ ਵੀਡੀਓ ਹੈ ਹਰਾ ਚਾਰਾ ਜਲਦੀ ਤਿਆਰ ਕਿਵੇਂ ਕਰੀਏ। ਇਸ ਦੇ ਆਪਾਂ ਤੁਹਾਨੂੰ ਦੱਸਾਂਗੇ ਦੋ ਤਿੰਨ ਰਾਮਬੰਦ ਨੁਕਤੇ। ਸਭ ਤੋਂ ਪਹਿਲਾਂ ਤਾਂ ਇਸ ਵੀਡੀਓ ਨੂੰ ਅਖੀਰ ਤੱਕ ਵੇਖਿਓ। ਆਪਣੇ ਚੈਨਲ 'ਤੇ ਨਵੇਂ ਆਏ ਹੋ ਤਾਂ ਕਰ ਲਓ ਸਬਸਕ੍ਰਾਈਬ ਅਤੇ ਬੈੱਲ ਆਈਕਨ ਦਬਾ ਲਿਓ। ਸਭ ਤੋਂ ਪਹਿਲਾ ਤਰੀਕਾ ਤਾਂ ਹੈ, ਜਦੋਂ ਆਪਾਂ ਕੋਈ ਵੀ ਵੱਢ ਜਾਂ ਕਿਸੇ ਵੀ ਫਸਲ ਤੋਂ ਵਿਹਲਾ ਹੋਇਆ ਕੋਈ ਪੱਠੇ ਬੀਜਣ ਵਾਲਾ ਕਿਆਰਾ, ਸਭ ਤੋਂ ਪਹਿਲਾਂ ਤਾਂ ਆਪਾਂ ਉਸਦੇ ਵਿੱਚ ਇੱਕ ਕਨਾਲ ਦੇ ਹਿਸਾਬ ਨਾਲ ਇੱਕ ਟਰਾਲੀ ਰੂੜੀ ਦੀ ਖਾਦ ਪਾਉਣੀ ਹੈ। ਰੂੜੀ ਦੀ ਖਾਦ ਇੱਕ ਟਰਾਲੀ 6 ਮਹੀਨਿਆਂ ਤੋਂ ਪਾ ਦਿਆ ਕਰਨੀ ਹੈ। ਇਹਦੇ ਨਾਲ ਇਹ ਹੁੰਦਾ ਹੈ ਕਿ ਇਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ ਅਤੇ ਕੋਈ ਵੀ ਫਸਲ ਹਰਾ ਚਾਰਾ ਜਾਂ ਕੋਈ ਫਸਲ ਹੈ ਛੇਤੀ ਤਿਆਰ ਹੁੰਦੀ ਹੈ। ਅਤੇ ਆਪਣੇ ਆਮ ਹੀ ਰੂੜੀ ਦੀ ਖਾਦ ਤਾਂ ਆਪਾਂ ਜਿਹੜੇ ਵੀ ਲੋਕ ਪਸ਼ੂ ਰੱਖਦੇ ਹਾਂ ਉਹਨਾਂ 'ਤੇ ਹੁੰਦੀ ਹੈ ਇਹ, ਅਤੇ ਇਹ ਆਪਾਂ ਨੂੰ ਜ਼ਰੂਰ ਪਾ ਲੈਣੀ ਚਾਹੀਦੀ ਹੈ ਇੱਕ ਕਨਾਲ ਦੀ ਇੱਕ ਟਰਾਲੀ ਰੂੜੀ ਦੀ ਖਾਦ। ਇਹਨੂੰ ਖਿਲਾਰ ਕੇ ਉਸ ਤੋਂ ਬਾਅਦ ਆਪਾਂ ਉਸ ਵੱਢ ਨੂੰ ਟਰੈਕਟਰ ਨਾਲ ਦੋ ਤਿੰਨ ਵਾਰੀ ਵਾਹ ਦੇਣਾ। ਦੋ ਤਿੰਨ ਵਾਹਵਾਂ ਲਾਉਣ ਤੋਂ ਬਾਅਦ ਉਸ ਨੂੰ ਦੋ ਤਿੰਨ ਧੁੱਪਾਂ ਲਵਾ ਕੇ ਅਤੇ ਆਪਾਂ ਦੋ ਤਿੰਨ ਧੁੱਪਾਂ ਲਵਾਉਣ ਤੋਂ ਬਾਅਦ ਉਸ ਨੂੰ ਰੌਣੀ ਕਰਨਾ। ਰੌਣੀ ਕਰਨ ਵਾਸਤੇ ਆਪਾਂ ਨੂੰ ਚਾਹੀਦਾ ਹੈ ਚੰਗਾ ਪਾਣੀ। ਜੇ ਆਪਾਂ ਨੂੰ ਨਹਿਰ ਸੂਏ ਜਾਂ ਕੱਸੀ ਦਾ ਪਾਣੀ ਮਿਲ ਜਾਏ ਤਾਂ ਬੜਾ ਵਧੀਆ, ਅਤੇ ਉਹਦੇ ਨਾਲ ਆਪਾਂ ਭਰ ਕੇ ਰੌਣੀ ਕਰ ਦੇਣਾ। ਜਦੋਂ ਆਪਣਾ ਕਿਆਰਾ ਬੱਤਰ ਆ ਗਿਆ ਅਤੇ ਆਪਾਂ ਉਦੋਂ ਚੋਣ ਕਰਨੀ ਹੈ ਬੀਜ ਦੀ। ਸਭ ਤੋਂ ਮੇਨ ਚੀਜ਼ ਹੈ ਬੀਜ ਆਪਾਂ ਵਧੀਆ ਕੁਆਲਿਟੀ ਦਾ ਲੈਣਾ, ਸਸਤੇ ਵੱਲ ਨਹੀਂ ਜਾਣਾ। ਅਤੇ ਬੀਜ ਆਪਾਂ ਵੇਖਣਾ ਵੀ ਆਪਾਂ ਛਿੱਟੇ ਦੇ ਬੀਜਣਾ ਹਰਾ ਚਾਰਾ ਜਾਂ ਡਰੈਲ ਨਾਲ ਬੀਜਣਾ। ਜੇ ਤੁਸੀਂ ਛਿੱਟੇ ਨਾਲ ਬੀਜੋਗੇ ਤਾਂ ਜਰਮੀਨੇਸ਼ਨ ਘੱਟ ਹੁੰਦੀ ਹੈ ਕਿਉਂਕਿ ਕੁਛ ਦਾਣੇ ਉਹਦੇ ਉੱਤੇ ਸੁੱਕ 'ਚ ਰਹਿ ਜਾਂਦੇ ਆ। ਅਤੇ ਜੇ ਤੁਸੀਂ ਡਰੈਲ ਨਾਲ ਬੀਜੋਗੇ, ਜੇਕਰ ਬੀਜ ਸਹੀ ਹੋਇਆ ਤਾਂ ਜਰਮੀਨੇਸ਼ਨ ਪੂਰੀ ਹੁੰਦੀ ਹੈ। ਆਪਣੀ ਕੋਸ਼ਿਸ਼ ਇਹੀ ਚਾਹੀਦੀ ਹੈ ਵੀ ਆਪਾਂ ਡਰਿੱਲ ਨਾਲ ਹੀ ਬੀਜੀਏ, ਕਿਉਂਕਿ ਡਰਿੱਲ ਨਾਲ ਬੀਜੇ ਹੋਏ ਉਹਦੀ ਜਰਮੀਨੇਸ਼ਨ ਵੀ ਪੂਰੀ ਹੁੰਦੀ ਹੈ ਅਤੇ ਉਹ ਤਿਆਰ ਵੀ ਛੇਤੀ ਹੁੰਦੇ ਆ। ਜੇਕਰ ਆਪਾਂ ਇਹ ਤਿੰਨ ਚਾਰ ਤਰੀਕੇ ਅਪਣਾ ਲੈਂਦੇ ਹਾਂ, ਜੇਕਰ ਆਪਾਂ ਇਹ ਤਿੰਨ ਚਾਰ ਤਰੀਕੇ ਅਪਣਾ ਲੈਂਦੇ ਹਾਂ ਤਾਂ ਆਪਣਾ ਹਰਾ ਚਾਰਾ ਬਹੁਤ ਜਲਦੀ ਤਿਆਰ ਹੁੰਦਾ ਹੈ। ਇਹ ਤਰੀਕੇ ਮੇਰੇ ਅਪਣਾਏ ਹੋਏ ਹੈ। ਅਸੀਂ ਪੱਠਿਆਂ ਵਾਲੀ ਜਗ੍ਹਾ 'ਤੇ ਰੂੜੀ ਬਹੁਤ ਪਾਉਂਦੇ ਹਾਂ, ਇਸ ਕਰਕੇ ਮੈਂ ਆਖਿਆ ਵੀ ਮੈਂ ਸਮਝਿਆ ਇਸ 'ਤੇ ਇੱਕ ਵੀਡੀਓ ਬਣਾਈਏ ਜਿਹੜੀ ਮੇਰੇ ਕਿਸਾਨ ਵੀਰਾਂ ਤੱਕ ਪਹੁੰਚੇ। ਆਪਾਂ ਇਸ ਲਈ ਇਹਦੇ 'ਤੇ ਵੀਡੀਓ ਬਣਾਈ ਹੈ। ਤੁਸੀਂ ਵੀ ਇਹ ਨੁਕਤੇ ਜ਼ਰੂਰ ਅਪਣਾਇਓ ਕਿਉਂਕਿ ਇਹ ਤਾਂ ਆਪਣੇ ਵੱਸ ਦੀ ਗੱਲ ਹੈ, ਕੋਈ ਹੋਰ ਨਹੀਂ। ਇਹ ਇਸ ਤਰ੍ਹਾਂ ਤਾਂ ਹੈ ਨਹੀਂ ਵੀ ਆਪਾਂ ਕਰ ਨਹੀਂ ਸਕਦੇ, ਅਤੇ ਇਹਨਾਂ ਨੁਕਤਿਆਂ ਨੂੰ ਜ਼ਰੂਰ ਅਪਣਾਇਓ। ਸਭ ਤੋਂ ਵਧੀਆ ਅਤੇ ਸਭ ਤੋਂ ਜਲਦੀ ਹਰਾ ਚਾਰਾ ਤਿਆਰ ਹੁੰਦਾ ਹੈ। ਇਹ ਸੀ ਆਪਣੀ ਅੱਜ ਦੀ ਵੀਡੀਓ, ਅਤੇ ਆਪਣੀ ਚੈਨਲ ਨਾਲ ਬਣੇ ਰਹੋ।
ਆਪਣੀ ਹਰ ਰੋਜ਼ ਵੀਡੀਓ ਆਉਂਦੀ ਹੈ ਕੋਈ ਨਾ ਕੋਈ, ਇਸ ਤੋਂ ਬਾਅਦ ਵੀ ਆਪਾਂ ਵੀਡੀਓ ਆਉਣਗੀਆਂ, ਆਪਾਂ ਤੁਹਾਨੂੰ ਵਿਖਾਵਾਂਗੇ ਜੌਹਰ 69-11 ਦੇ, ਆਹ ਕਿਆਰਾ ਜਿਹੜਾ ਤੁਸੀਂ ਵੇਖਿਆ ਨੇ ਰੌਣੀ ਕੀਤਾ ਹੋਇਆ ਹੈ, ਰੋਟਾਵੇਟਰ ਜੋੜਾਂਗੇ ਇਹਦੇ 'ਚ ਉਹਦੀ ਵੀਡੀਓ ਤੁਹਾਨੂੰ ਵਿਖਾਵਾਂਗੇ ਪਾਵਾਂਗੇ। ਉਸ ਤੋਂ ਬਾਅਦ ਹੋਰ ਵੀਡੀਓ ਬਹੁਤ ਆਉਣੀ ਹਜੇ, ਸਰੋਂ ਕੱਢਣੀ ਆਪਾਂ ਬਹੁਤ ਵੀਡੀਓ ਆਉਣੀਆਂ। ਚੈਨਲ ਨਾਲ ਬਣੇ ਰਹੋ ਜੀ ਅਤੇ ਆਪਣੇ ਨੁਕਤਿਆਂ 'ਤੇ ਧਿਆਨ ਦਿਓ ਜੀ। ਇੱਕ ਵਾਰ ਫਿਰ ਆਪਾਂ ਬੇਨਤੀ ਕਰਦੇ ਹਾਂ, ਜੇ ਆਪਣੇ ਚੈਨਲ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਧੰਨਵਾਦ ਦੋਸਤੋ।